ਚੁੱਕ ਲਓ ਭੂਆ ਜੀ ਫੋਨ। ਹੈਲੋ ਭੂਆ ਜੀ, ਕਿੱਥੇ ਗਏ? ਕਿੱਥੇ ਗਏ? ਬਸ ਮੈਂ ਘਰ ਦੇ ਲਾਗੇ ਪਹੁੰਚਣੇ ਵਾਲੀ ਆ। ਤੁਸੀਂ ਨਾ ਇੱਥੇ ਹੀ ਉਤਰ ਜਾਓ, ਮੈਂ ਤੁਹਾਡੇ ਕੋਲ 2 ਮਿੰਟ 'ਚ ਆ ਗਿਆ। ਹਾਂ ਹਾਂ, ਮੈਂ ਤੁਹਾਡੇ ਕੋਲ 2 ਮਿੰਟ 'ਚ ਆ ਗਿਆ। ਚੱਲ ਠੀਕ ਆ, ਆ ਜਾ। ਚੱਲ ਬਸ ਘਰ ਦੇ ਬੂਹੇ ਅੱਗੇ ਤਾਰ ਦੇ, ਫਿਰ ਤੂੰ ਚਲੇ ਜਾ। ਮੈਂ ਤੁਹਾਡੇ ਨਾਲ ਚੱਲਦਾ। ਨਹੀਂ ਗੋਲਡੀ, ਤੂੰ ਨਹੀਂ ਜਾਣਾ। ਤੂੰ ਇਸ ਗੱਲ 'ਚੋਂ ਬਾਹਰ ਨਿਕਲ ਜਾ ਅਤੇ ਤੂੰ ਆਪਣੀ ਮਾਂ ਨੂੰ ਕਹਿ ਦੇ ਕਿ ਤੈਨੂੰ ਕਿਸੇ ਗੱਲ ਦਾ ਨਹੀਂ ਪਤਾ ਹੈਗਾ। ਮੈਂ ਜਾਣਾ, ਮੇਰਾ ਕੰਮ ਜਾਣੇ। ਪਰ ਉਹਨਾਂ ਕਹਿਣਾ ਭੂਆ ਨੂੰ ਕਿਸ ਤਰ੍ਹਾਂ ਸਾਰਾ ਕੁਛ ਪਤਾ ਲੱਗਾ? ਕੋਈ ਗੱਲ ਨਹੀਂ, ਤੂੰ ਮੈਨੂੰ ਬਸ ਲੈ ਕੇ ਚੱਲ। ਲੈ ਕੇ ਚੱਲ ਚੱਲ। ਭੂਆ ਜੀ, ਬਹੁਤ ਦੋਵੇਂ ਜਾਣੇ ਨਾ ਇੰਨਾ ਗਲਤ ਕਰਨ ਡੇ ਆ, ਇੰਨਾ ਗਲਤ ਕਰਨ ਡੇ। ਬਾਕੀ ਕਿਰਨ ਦੀ ਤਾਂ ਮੱਤ ਟਿਕਾਣੇ ਲਾਤੀ ਮੈਂ। ਬਸ ਇਹਨਾਂ ਨੂੰ ਪ੍ਰੋਪਰਟੀ ਨਾਲ ਨਹੀਂ ਪਿਆਰ ਸੀ, ਮੇਰੀ ਮਾਂ ਤਾਂ ਇਹ ਹਾਲ ਕਰਤਾ ਇਹਨਾਂ ਨੇ। ਇਹ ਤੇ ਮੈਂ ਹੁਣ ਇਹ ਕਹਿ ਕੇ ਨਿਕਲਿਆ ਕਿ ਮੈਂ ਪਤਾ ਕਰਨ ਚੱਲਿਆ ਵਾਂ ਦਾਦੀ ਨੂੰ। ਇਹ ਆਂਦੇ ਅੱਜ ਘਰ ਨਹੀਂ ਇਹ ਸੋਣੀ ਚਾਹੀਦੀ, ਜੋ ਮਰਜ਼ੀ ਹੋ ਜੇ। ਬਸ ਗੋਲਡੀ ਚਲੋ ਜਾਓ ਤੁਸੀਂ, ਤੇ ਤੁਸੀਂ ਨਾ ਮੈਨੂੰ ਫੋਨ ਕਰ ਦਿਓ ਤੇ ਤੁਸੀਂ ਨਾ ਭੂਆ ਨੂੰ ਸੋਰੀ ਦਾਦੀ ਨੂੰ ਆਪਣੇ ਨਾਲ ਲੈ ਕੇ ਜਾਣਾ ਜੀ, ਇੱਥੇ ਨਾ ਛੱਡ ਕੇ ਜਾਇਓ। ਤੂੰ ਫਿਕਰ ਨਾ ਕਰ, ਬਸ ਤੂੰ ਮੈਨੂੰ ਦੱਸਦਾ ਨਾ। ਤੇਰਾ ਇੰਨਾ ਬੜਾ ਧੰਨਵਾਦ ਪੁੱਤ। ਮੈਨੂੰ ਤੁਸੀਂ ਫੋਨ ਕਰ ਦਿਓ ਤੇ ਮੈਂ ਆ ਜਾਊਂਗਾ। ਮੈਂ ਤੁਹਾਨੂੰ ਤੇ ਦਾਦੀ ਨੂੰ ਨਾ ਮੈਂ ਉੱਧਰ ਘਰੇ ਛੱਡ ਕੇ ਆਊਂਗਾ। ਬਾਕੀ ਇੱਕ ਗੱਲ ਹੀ, ਮੈਂ ਭਾਬੀ ਨੂੰ ਨਹੀਂ ਛੱਡਣਾ। ਇਹਨਾਂ ਤੋਂ ਕਿਸੇ ਗੱਲ ਦਾ ਗੁੱਸਾ ਕਰੀ ਕਿ ਮੇਰੀ ਮਾਂ ਨੂੰ ਵੱਧ ਘੱਟ ਕੀਤਾ। ਭੂਆ ਜੀ, ਮੈਨੂੰ ਕੋਈ ਗੁੱਸਾ ਨਹੀਂ, ਮੈਨੂੰ ਪਤਾ ਵਾ ਤੁਸੀਂ ਜੋ ਕਰੋਗੇ ਗਲਤ ਨਹੀਂ ਕਰੋਗੇ, ਸਹੀ ਹੀ ਕਰੋਗੇ। ਬਸ ਗੋਲਡੀ, ਬਾਕੀ ਮੇਰੇ ਕੋਲ ਬਰਦਾਸ਼ਤ ਨਹੀਂ ਹੋਇਆ ਭੂਆ ਜੀ ਜੋ ਕੁਛ ਇਹਨਾਂ ਕੀਤਾ। ਇਹੋ ਤੈਨੂੰ ਲੱਗੀ ਮੈਂ ਕਹਿਣ। ਬਾਕੀ ਇਹ ਨਾ ਸੋਚਿਓ ਕਿ ਕਿਰਨ ਨੂੰ ਮੈਂ ਸਮਝਾ ਦਿੱਤਾ ਵਾ ਤੇ ਕਿਰਨ ਨਾਲ ਕੋਈ ਗੱਲ ਨਹੀਂ ਕੀਤੀ, ਜੋ ਉਹਦੀ ਬਣਦੀ ਸਜ਼ਾ ਵਾ ਕਿਰਨ ਨੂੰ ਵੀ ਚਾਹੀਦੀ ਆ। ਤੂੰ ਫਿਕਰ ਨਾ ਕਰ, ਬਸ ਪੁੱਤ ਮੈਨੂੰ ਤੇਰੇ ਸਾਥ ਦੀ ਲੋੜ ਆ। ਮੇਰਾ ਸਾਥ ਦੇਂਗਾ ਨਾ ਤੂੰ ਇਸ ਕੰਮ ਵਿੱਚ? ਭੂਆ ਜੀ, ਸਾਥ ਦੇਣ ਦੀ ਕਿਹੜੀ ਗੱਲ ਆ, ਜੇ ਮੈਂ ਉਹਨਾਂ ਦੇ ਨਾਲ ਹੁੰਦਾ ਤੇ ਮੈਂ ਤੁਹਾਨੂੰ ਦੱਸਣੀ ਹੀ ਗੱਲ ਏ। ਬਾਕੀ ਤੁਸੀਂ ਜਾਓ, ਇਹ ਕੈਮਰਿਆਂ ਥਾਣੀ ਵੇਖਣ ਡਏ ਹੋਣੇ ਜੇ ਕਿ ਬਾਹਰ ਗੱਡੀ ਖਲੋਤੀ ਆ। ਚੱਲ ਠੀਕ ਆ, ਠੀਕ ਆ, ਤੂੰ ਜਾ ਤੇ ਮੈਂ ਛੱਡ ਕੇ ਆਊਂਗਾ, ਆਪ ਹੀ ਨਾ ਜਾਇਓ। ਤੂੰ ਫਿਕਰ ਨਾ ਕਰ, ਮੈਂ ਜਾਣਾ, ਹੁਣ ਮੇਰਾ ਕੰਮ ਜਾਣਾ। ਦਾਦੀ ਜੀ, ਹਾਂ ਕਰਨ ਡਈ ਆ ਧੀਏ, ਆਵੇ ਆ ਸਭ ਕੁਛ ਸਾਫ ਕਰਨ ਡਈ ਆ। ਚੁੱਪ ਕਰੋ ਧੀਏ, ਆ ਵੇਖ ਇਹਨਾਂ ਨੇ ਮੇਰਾ ਕੀ ਹਾਲ ਕੀਤਾ। ਸਾਰਾ ਕੰਮ ਇੱਕੋ ਕਰਾਉਂਦੀਆਂ ਜੀ, ਮੈਨੂੰ ਰੱਜ ਕੇ ਆਉਂਦੀ ਆ ਡਸਟਿੰਗ ਕਰ। ਚਾਈ ਜੀ ਚੁੱਪ ਕਰੋ, ਮੈਂ ਆ ਗਈ ਨਾ ਹੁਣ, ਚੁੱਪ ਕਰੋ। ਚਾਈ ਜੀ ਕਿਉਂ ਰੋਂਦੇ ਪਏ ਹੋ, ਕਿਉਂ ਰੋਣ ਲੱਗ ਪੈਂਦੇ ਹੋ? ਬੈਠੋ ਤੁਸੀਂ ਆਰਾਮ, ਬੀ ਬੈਠੋ, ਬਸ ਕਰ। ਚਾਈ ਜੀ ਇੱਧਰੋ ਜਾਓ, ਬਸ ਕਰ, ਚੁੱਪ ਕਰ ਜਾ। ਆ ਨਾਟਕ ਜਿਹੜੇ ਕਰਨ ਡਏ ਨਾ ਬੰਦ ਕਰ ਜਾ। ਝਾਈ ਆਪੇ ਸ਼ੁਰੂ ਕਰ ਦਿੰਦੀ ਹੈ, ਪਰ ਝਾਈ ਚੁੱਪ ਕਰ ਜਾ,
तेरिया सारिया चलाकिया मैं जान गई हाँ। एडी भोली ना बन जिडी भोली तू वेखदी हैगी आ। जसवीर बहन जी शांत हो। की शांत हो वा, तेनू अपने आप सब कुछ कर दिया शर्म नहीं आई? आ की करन दई है तू? कुछ नहीं किया, आपे शुरू होया है। जा पानी ले भूआ ले भी दे। मेरी गल किरण भूआ ले ते चाहिए पानी, पानी ले पानी पीना पर जाई बस कर जा। तू आ की करन दई है? आ तेरी कुछ लगदी आ? आ लगदी ना तेरी कुछ? जसवीर बहन जी मेरी भी मां आ गई है। बस कर भाभी, बड़े पखंड कर ले तू। तेरी मां आ, जे तेरी ये मां होंदी ना खुद तेरी अपनी, ते तू ए हाल ना करदी। ओ चंगी भली सरदारनी जनानी नु तू एक काम वाली तो भैड़ी बना के रख। की हाल कर देता दा? है की हाल करता है तू? ओ की हाल नहीं कीता, ओना चक्करी तू चंगी सी जिन्ना चक्कर सारा कुछ तेरे ते तेरे पोत दे नाल ही होया। जदों सारा कुछ तेरे ना हो गया ते मेरी मां दा हाल ए तू करता? चल करा ले, ला की कर लेंगी, सत्ते चढ़ी जांदी मैं सुनी जांदी तेरीआं गल्लां। तेन पता ही लगता कि मैं इज्जत करनी नहीं करनी, आंदे ही बोलना शुरू कर दिता है। इज्जत ते और की, किस तरह आई दे पेके का इस तरह आके बोली दे वध घट। ओ भाभी, एक तेरी मां संभी है नी, तू इज्जत भाल दी आ नी। शुक्र कर मेरे तो वड्डी आ, तेनू मैं कुछ कह नहीं दिता, मेरा हाथ रुक गया। अजे घट की करनी पई आ? हां घट करनी पई आ। तू ना बस हुण चुप कर जा, वेखी तेरा मैं हाल की कर दी। ओ कर ले जरा हाल करना है। मम्मी भाभी रब तो डर कुछ डर, एडी हंकार च ना आ तू। तू सारा कुछ धोखे ना अपने ना करवा के ते अज उस मां दा की हाल करता है? ओनू दर दर ठोकरा की तू ओनू गड्डी च मन गई सी है? ओ कर लिया जो करना सी कर लिया, ना नाले मैं धोखे ना नहीं कराया। उन्हें अपनी मर्जी ना सारा कुछ लिख के दिता। मर्जी नाल? हाँ मर्जी ना कर दिता। वाह भाभी, मैं अपनी मर्जी ना लिख के देनी पई हाँ। तू ही कोल ही सी उसले? हाँ मैं कोल सी, मेरी माँ ने मर्जी ने ही सब कुछ किया है, मेरे को पूछ के किया, ते उन्हें की गुनाह करता सारा कुछ तेरे नाते करके। ते बाद च भी ते देना ही सी। हाँ भाभी बाद चो देना सी ना, ते तू ही तरले कटते मर जाना सी। तुहानू मैं दसा उन्हें ढड़ ते विश्वास करके की गुनाह किया? भाभी सारा तू इस करके करती रही है कि सारा जायदाद तेरे नाते हो जाए। आहो ऐसे नहीं करे, बाद थरले कहते कटने से थरले कटते मर जाने। मैं तू सामनी सी ना जायदाद, हक तो साढ़ा ही सी ना। भाभी शर्म कर कुछ, वो धिया पेकिया की जायदाद भुखिया होंदिया। ओ जा भाभी, तू जो कही जानी तरले नहीं, तु ही धिया का दे नहीं दे सकती। जे कि दुनिया की हर धी माँ प्यो को हिस्सा लैन तो आ जाए ना, तो पेकिया को कख ना बचे, तु ही धिया का दे नहीं दे सकदियाँ। आई वड्डी तू हक जवान, चल माता मेरे नाल चल। ले अपनी माँ जिथे ले जाना ले आ। भूआ जी ले आ, छड़ दे तू भी, तू भी नाल ही रली सस दे। ये याद रखी कि उपर वाले की सोटी च आवाज नहीं होंदी, जैसी करनी वैसी भरनी। बाकी मैं अपनी माँ नूं उहदा हक दवा के रवांगी, तैनूं मैं कहता है, याद रखी तू इस गल दा। ले आ अपनी माँ ले आ, बड़े साल मैं सामने हूं, तू ही साम के दिखा। भूआ जी इजी रो, बैठो तो सही, आप बह के गल करते हैं। छड़ दे तू भी, छड़ नहीं तू की करना जान दे नूं। मेरी गल सुन ला, तू तो भाभी कहंदे लकवाए लायक भी नहीं हैगी। तैनूं दसा हजे धी जींदी उहदी, उहनूं रखूगी? उह तू ही तां की किता भाभी? नहीं इन्ने साल असीं रखिया नहीं। की रखिया? मंजे ते बिठा के अपने मतलब नूं रखिया ना। ठीक है हाँ, तुसीं अज जो कुछ किया ना, जे कि पहलों तुहाडे नाल सारा कुछ कर दिंदी ना, तुसीं पहलां ही अपने रंग विखाने शुरू कर देने सी भाभी। पर एक गल दसा, तुसीं माँ दे ढिड नूं लत्त मारी जे, माँ अपनी लत्त इन्ना विश्वास करदी आ, इन्ना अपने बच्चिआं नाल प्यार करदी आ, कि उस प्यार विच अन्नी हो के वह कोई फायदा नवा नुकसान नहीं वेंदी अपना। तो बड़ा प्यार किया है, कोई घट नहीं किया प्यार। भाभी जे प्यार किया सी उन्हें सारा कुछ तुहाडे नाल ते पहला लाता, पर तुसी की किया उहदे नाल? जिद्दन तुसी मेरे कोलों ते मेरी माँ कोलों सैन करवा ले ना, उसे रात ही तुसी एसी बंद करता, टीवी बंद करता, उन्हें कमरे चो बाहर कढ़ता। ये किन्ने दस्या इहनू? किन्ने दस्या तू? इहदा फोन नहीं, इहनें फोन ते दस्या होना सारा कुछ, फोन ही नहीं सांभिया तू इहदा? नहीं नहीं मम्मी, जितना तुसीं कहा ही भाभी जिन्हें भी दसता। बस भाभी
ਹੁਣ ਤੁਸੀਂ ਤਿਆਰ ਰਹੋ ਅਤੇ ਨਾਲੇ ਨਾ ਦੋਵੇਂ ਜਾਣੀਆਂ ਜੁੱਤੀਆਂ ਦੇ ਜੋੜੇ ਦੋ ਦੋ ਵੱਧ ਖਰੀਦ ਲਿਓ। ਉਹ ਤੁਹਾਨੂੰ ਮੈਂ ਕਚਹਿਰੀਆਂ 'ਚ ਨਾਨਾ ਘਸੀਟਿਆ ਅਤੇ ਫਿਰ ਤੁਸੀਂ ਵੇਖਿਓ ਆਪਣੀ ਕੀ ਜਾਏਗੀ ਜੋ ਹੋਏਗਾ। ਚੱਲ ਵੇਖ ਲਈ ਭਾਬੀ, ਵੇਖੀ ਯਾਦ ਰੱਖੀ ਤੂੰ ਰੱਖਿਆ। ਚੱਲ ਮਾਂ ਲਿਆ ਕਹਿੰਦੇ ਆ ਨਾ ਕਿ ਧੀਆਂ ਕਿਉਂ ਜੰਮਦੀਆਂ, ਧੀਆਂ ਇਸੇ ਕਰਕੇ ਜੰਮਦੀਆਂ ਕਿ ਮਾਵਾਂ ਨਾਲ ਦੁੱਖ ਵਡਾਉਣ, ਅਤੇ ਤੁਸੀਂ ਤਾਂ ਉਹ ਗੱਲ ਸੱਚ ਵਿਖਾਈ ਆ ਕਰ ਕਿ ਪੁੱਤ ਵਡਾਉਣ ਜ਼ਮੀਨ ਅਤੇ ਧੀਆਂ ਵਡਾਉਣ ਦੁੱਖ। ਚੱਲ ਆਹੋ ਚੱਲੀਏ ਝਾਈ ਜੀ। ਨਹੀਂ ਧੀਏ ਮੈਂ ਨਹੀਂ ਜਾਣਾ, ਮੈਂ ਤਾਂ ਇਸੇ ਘਰ ਦੇ ਵਿੱਚ ਵਿਆਹੀ ਆਈ ਹਾਂ ਅਤੇ ਇਸੇ ਘਰ 'ਚ ਮੇਰੀ ਅਸੀਂ ਜਾਣੀ। ਨਹੀਂ ਧੀਏ ਮੈਂ ਨਹੀਂ ਜਾਣਾ। ਕਿਉਂ ਝਾਈ ਜੀ? ਨਹੀਂ ਧੀਏ ਧੀਆਂ ਤਾਂ ਘਰ ਤੁਹਾਡਾ ਆਪਣਾ ਘਰ ਨਹੀਂ? ਨਹੀਂ ਧੀਏ ਆਪਣਾ ਤਾਂ ਹੁੰਦਾ ਹੀ ਹੈ, ਪਰ ਨਹੀਂ ਜੋ ਮੇਰਾ ਇਹ ਘਰ ਹੈ ਸੋ ਮੇਰਾ ਇਹੋ ਹੀ ਹੈ। ਚਲੋ ਝਾਈ ਜੀ ਸਾਨੂੰ ਪਲੀਜ਼ ਤੁਸੀਂ ਮਾਫ਼ ਕਰ ਦਿਉ ਅਤੇ ਤੁਸੀਂ ਨਾ ਜਾਓ। ਭੂਆ ਜੀ ਤੁਸੀਂ ਤਾਂ ਸੁਣ ਲਓ, ਜੇ ਸਾਡੇ ਕੋਲ ਗਲਤੀ ਹੋ ਗਈ ਆ ਤਾਂ ਸਾਨੂੰ ਕਰ ਦਿਉ ਮਾਫ਼। ਗਲਤੀ ਕਿਰਨ, ਗਲਤੀ ਹੁੰਦੀ ਤਾਂ ਪੁੱਤ ਮੈਂ ਮਾਫ਼ ਕਰ ਦੇਣੀ ਸੀ, ਇਹ ਤਾਂ ਤੁਸੀਂ ਗੁਨਾਹ ਹੀ ਬੜਾ ਵੱਡਾ ਕੀਤਾ। ਇੱਕ ਮਾਂ ਦੀਆਂ ਅੰਦਰਾਂ ਨੇ ਹਾਏ ਕੀਤੀ ਹੋਣੀ ਆ, ਤੂੰ ਵੀ ਓਨੀ ਭਾਗੀਦਾਰ ਆ ਜਿੰਨੀ ਕਿ ਇਹ ਭਾਗੀਦਾਰ ਹੈਗੀ ਆ। ਸਾਡੀ ਜਾਣਦੇ ਜੀ ਜਾਣਦੇ ਜਾਂ ਲੈ ਆਪਣੀ ਮਾਂ ਘਰ ਸੇਵਾ, ਤੈਨੂੰ ਵੀ ਪਤਾ ਲੱਗੇ ਸੇਵਾ ਕਿਸ ਤਰ੍ਹਾਂ ਕਰੀਦੀ ਹੈ। ਲੈ ਕੋਈ ਨਹੀਂ ਭਾਬੀ, ਹਾਂ ਧੀਆਂ ਨੂੰ ਕਿਸੇ ਚੀਜ਼ ਦਾ ਲਾਲਚ ਨਹੀਂ ਹੁੰਦਾ, ਧੀਆਂ ਤਾਂ 24 ਘੰਟੇ ਮਾਂ ਦੀਆਂ ਸੇਵਾ 'ਤੇ ਖੜੀਆਂ ਹੁੰਦੀਆਂ ਤਿਆਰ ਕਰਨ ਨੂੰ। ਤੂੰ ਰਹਿ ਹਿੱਕ 'ਤੇ ਰੱਖ ਕੇ ਬਹਿ ਜਾਇਦਾਦ ਸਾਰੀ, ਹਿੱਕ ਤਾਂ ਹੀ ਹੈ ਜਾ ਕੀ ਪਤਾ ਲੈ ਜਾ, ਜਦੋਂ ਮਰੇਂਗੀ ਤਾਂ ਉਹ ਵੀ ਤੇਰੀ ਹਿੱਕ 'ਤੇ ਨਾਲ ਹੀ ਸ਼ਾਇਦ ਜਾਇਦਾਦ ਜਾਊਗੀ। ਭਾਬੀ ਭਾਬੀ ਯਾਦ ਰੱਖੀ ਘਸੀਟੀਆਂ ਤੇਰੀਆਂ ਮੈਂ ਨਾ ਨਾ ਕਢਾਈਆਂ ਅਦਾਲਤਾਂ ਵਿੱਚ, ਫਿਰ ਵੇਖੀ। ਚੱਲ ਮਾਏ ਹਾਂ ਚੱਲ ਚੱਲੀਏ। ਲੈ ਆ ਲੈ ਆ ਆਪਣੀ ਮਾਂ ਛੱਡ ਦੀ ਜਾਣ ਦੇ, ਜਾਨ ਹੀ ਖਾ ਗਈਆਂ। ਮੰਮੀ ਤੁਸੀਂ ਕਿਉਂ ਨਹੀਂ ਰੋਕਿਆ ਦਾਦੀ ਜੀ ਨੂੰ, ਭੂਆ ਜੀ ਨੂੰ ਕਿਉਂ ਨਹੀਂ ਸਮਝਾਇਆ ਤੁਸੀਂ? ਉਹ ਛੱਡ ਜਾਣ ਦੇ, ਅਸੀਂ ਰਸਤੇ ਲੱਭਦੇ ਪਏ ਸੀ ਤੂੰ ਛੁਟਕਾਰਾ ਪਾਉਣ ਦੇ, ਅਤੇ ਤੂੰ ਫਿਰ ਨਾਲ ਚਮਾਉਣੀ ਜਾਂਦੀ ਆ। ਜੇ ਜੋ ਸਾਨੂੰ ਚਾਹੀਦੇ ਸਨ ਮਿਲ ਗਿਆ ਨਾ, ਮਿਲ ਗਿਆ ਤਾਂ ਤੈਨੂੰ ਹੀ ਸਾਰਾ ਕੁਝ, ਤੂੰ ਐਸ਼ ਕਰ, ਤੈਨੂੰ ਕੀ ਲੋੜ ਪਈ ਆ ਤਰਲੇ ਉਹਦੇ ਮਾਰਨ ਦੀ? ਜਾਣ ਦੇ ਉਹਨੂੰ ਵੀ ਸੇਵਾ ਕਰਨ ਦੇ, 4 ਦਿਨ ਮਾਂ ਦੀ ਬਥੇਰੀ ਅਸੀਂ ਕਰ ਲਈ ਇੰਨੇ ਸਾ, ਸਾਨੂੰ ਇਹੀ ਕੁਝ ਚਾਹੀਦਾ ਸੀ ਨਾ, ਸਾਨੂੰ ਮਿਲ ਗਿਆ, ਗੱਲ ਖਤਮ। ਤੈਨੂੰ ਐਵੇਂ ਪਰੇਸ਼ਾਨੀ ਹੋਈ ਆ, ਕੀ ਕਰ ਲੈ? ਅਸੀਂ ਸੋਚਣ ਡੇ ਸਾ, ਕਦੀ ਸਟੇਸ਼ਨ 'ਤੇ ਲੈ ਗਏ, ਕਦੀ ਓਲਡ ਏਜ ਹੋਮ ਗਏ, ਕਿ ਕਦੀ ਕਿੱਥੇ ਕਦੀ ਕਿੱਥੇ, ਵੀ ਇਹਨੂੰ ਕਿੱਥੇ ਛੱਡੀਏ, ਕਦੀ ਉੱਥੇ ਕਿਤੇ ਬਾਅਦ 'ਚ ਕਦੀ ਗੁਰਦੁਆਰੇ ਬਿਠਾ ਦਈਏ। ਪਰੇਸ਼ਾਨੀ ਸਾਡੇ ਕੋਲੋਂ ਲੱਤੀ, ਆਪੇ ਉਹ ਆਪਣੀ ਧੀ ਨੇ ਧੀ ਹੈ ਨਹੀਂ, ਤੇਰੇ ਮਨ 'ਚ ਸੀ ਨਾ ਕਿ ਨਹਿਰਾਂ ਜਾਂ ਮਾਂ ਧੀ ਦੇ ਨਹਿਰਾਂ 'ਚ ਹੀ ਰਹੇਗੀ, ਉਹਦੇ ਕੋਲ ਬੈਠੀ ਰਹੇਗੀ, ਹੁਣ ਕੋਈ ਡਰ ਤਾਂ ਨਹੀਂ ਨਾ ਕਿੱਥੇ ਜਾਏਗੀ ਕਿੱਥੇ ਨਹੀਂ ਆਏਗੀ। ਜਾਣ ਦੇ ਹੁਣ ਕਰ ਲੈਂਦੇ ਧੀ ਨੂੰ 4 ਦਿਨ ਸੇਵਾ, ਉਹਨੂੰ ਪਤਾ ਲੱਗੇ ਸੇਵਾ ਕੀ ਹੁੰਦੀ ਹੈ। ਤਾਂ ਚਲੀਏ ਨਾ, ਗੱਲ ਖਤਮ ਹੋ ਗਈ। ਆਹ ਤੂੰ ਬਣਾ ਆਲੂ ਦੇ ਪਰੌਂਠੇ ਖਾਈਏ, ਨਾਲ ਮਿੱਠਾ ਕੁਝ ਬਣਾ ਅਤੇ ਖਾਈਏ ਆਪ, ਆਰਾਮ ਨਾਲ ਚਾਹ ਚੂਹ ਪੀ ਬੈਠ ਕੇ। ਦਿਮਾਗ ਤਾਂ ਮੇਰੇ ਦਿਲ ਘੱਲਦਾ, ਇੰਨਾ ਬੋਝ ਪਿਆ ਸੀ ਇਹਨੂੰ ਕਰੀਏ ਕੀ, ਇਹਦਾ ਘੜੀ 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 ਸਾਡੇ ਗੱਲ ਤਾਂ ਨਾ ਵਲੇਟੀ ਜਾਂਦੀ ਪਈ ਸੀ। ਛੱਡ ਕੋੜ ਗਲੋ ਲੱਥਾ ਵਾ, ਦਿਮਾਗ ਇੰਨਾ ਪੋਲਾ ਕਰ ਗਈ। ਕਿਹੜਾ ਨਾ ਉਹ ਗੱਲ ਸੁਣ, ਕੰਮ ਛੱਡ ਮੇਰੀ ਗੱਲ ਸੁਣ। ਹਾਂਜੀ ਮੰਮੀ। ਇਹ ਤੇਰੀ ਭੂਆ ਨੂੰ ਪਤਾ ਕਿਸ ਤਰ੍ਹਾਂ ਲੱਗਾ ਸਾਰੀਆਂ ਗੱਲਾਂ ਦਾ? ਮੰਮੀ ਮੈਨੂੰ ਕੀ ਪਤਾ ਕਿਸ ਤਰ੍ਹਾਂ ਪਤਾ ਲੱਗਾ? ਗੋਲਡੀ 'ਤੇ ਮੈਨੂੰ ਪੂਰਾ ਵਿਸ਼ਵਾਸ ਹੈ, ਉਹ ਮੇਰੇ ਕਹਿਣੇ ਤੋਂ ਬਾਹਰ ਨਹੀਂ ਆ, ਉਹ ਨਹੀਂ ਗੱਲ ਕਰ ਸਕਦਾ। ਅਤੇ ਫਿਰ ਤੁਹਾਡਾ ਕੀ ਮਤਲਬ ਹੈ ਕਹਿਣ ਦਾ? ਜੇ ਉਹ ਨਹੀਂ ਕਰ ਸਕਦੇ ਤਾਂ ਫਿਰ ਕਿੰਨੇ ਕੀਤੀ? ਮੈਨੂੰ ਤਾਂ ਆਪ ਨਹੀਂ ਸਮਝ ਲੱਗੀ, ਮੈਂ ਤਾਂ ਸਾਰੀ ਰਾਤ ਸੁੱਤੀ ਨਹੀਂ ਹੋ, ਇੰਨੀ ਮੇਰੇ ਦਿਮਾਗ 'ਤੇ ਟੈਨਸ਼ਨ ਪਈ ਹੈ ਇਸ ਗੱਲ ਦੀ। ਅਤੇ ਪਰ ਤੁਸੀਂ ਦੱਸੋ ਨਾ, ਜੇ ਇਹਨਾਂ ਨੇ ਨਹੀਂ ਗੱਲ ਕੀਤੀ, ਦਾਦੀ ਨੇ ਨਹੀਂ ਕੀਤੀ, ਫਿਰ ਕਿੰਨੇ ਕੀਤੀ ਹੋਊਗੀ? ਤੂੰ ਦੱਸ ਨਾ ਕਿੰਨੇ ਕੀਤੀ ਹੋਏਗੀ? ਫਿਰ ਮੰਮੀ ਤੁਹਾਡਾ ਕੀ ਮਤਲਬ ਆ, ਕਿੰਨੇ ਕੀਤੀ ਹੋਊਗੀ ਗੱਲ? ਸਿੱਧੀ ਸਿੱਧੀ ਗੱਲ ਹੀ, ਮੈਨੂੰ ਤਾਂ ਤੇਰੇ 'ਤੇ ਵੀ ਯਕੀਨ ਨਹੀਂ ਹੋ, ਮੈਨੂੰ ਤਾਂ ਤੇਰੇ 'ਤੇ ਹੀ ਸ਼ੱਕ ਜਾਂਦਾ ਵੀ ਮੇਰੇ 'ਤੇ ਕੀਤੀ ਗੱਲ, ਤੂੰ ਤਾਂ ਨਹੀਂ ਕੀਤੀ ਗੱਲ। ਉਹ ਮੰਮੀ ਕਿਹੋ ਜਿਹੀਆਂ ਗੱਲਾਂ ਕਰਨ ਦੇ ਜੇ, ਜਿਤਨਾ ਜਿਤਨਾ ਤੁਸੀਂ ਕਹਿੰਦੇ ਗਏ ਨਾ ਉਤਨਾ ਉਤਨਾ ਮੈਂ ਕਰਦੀ ਰਹੀ ਹਾਂ, ਅਤੇ ਹੁਣ ਤੁਸੀਂ ਮੇਰੇ 'ਤੇ ਹੀ ਸ਼ੱਕ ਕਰਨ ਦੇ ਜੇ, ਜੋ ਤੁਸੀਂ ਸਿਖਾਇਆ ਪੜ੍ਹਾਇਆ ਸਾਰਾ ਉਹੀ ਕੀਤਾ ਮੈਂ, ਮੈਂ ਨਹੀਂ ਕੀਤੀ ਗੱਲ ਭੂਆ ਦੇ। ਨਹੀਂ ਜੇ ਤੂੰ ਨਹੀਂ ਕੀਤੀ ਤਾਂ ਗੱਲ ਕੀਤੀ ਕਿੰਨੇ? ਮੰਮੀ ਮੈਨੂੰ ਤਾਂ ਦਾਦੀ 'ਤੇ ਹੀ ਸ਼ੱਕ ਆ, ਫੋਨ 'ਤੇ ਦਾਦੀ ਕੋਲ ਹੀ ਸੀਗਾ, ਦਾਦੀ ਕੋਲ ਤਾਂ ਆਪਾਂ ਲੈ ਲਿਆ ਸੀ
ਕਿਤੇ ਦਾਦੀ ਨੇ ਮੇਰੇ ਫੋਨ ਤੋਂ ਤੁਹਾਡੇ ਫੋਨ ਤੋਂ ਇਹਨਾਂ ਦੇ ਫੋਨ ਤੋਂ ਤੇ ਨਹੀਂ ਭੂਆ ਨੂੰ ਫੋਨ ਕਰਕੇ ਸਾਰੀ ਸੱਚਾਈ ਦੱਸਤੀ? ਕਿਉਂਕਿ ਹੋਰ ਤੇ ਕਿਸੇ ਨੇ ਦੱਸਿਆ ਨਹੀਂ ਹੋ ਸਕਦਾ। ਹੋ ਵੀ ਸਕਦਾ, ਇਹ ਵੀ ਗੱਲ ਹੋ ਸਕਦੀ। ਦਾਦੀ ਨੇ ਦੱਸਿਆ ਹੋਣਾ ਵਾ। ਤੇ ਮੰਮੀ ਮੇਰੀ ਗੱਲ ਸੁਣੋ, ਦਾਦੀ ਨੇ ਜੇ ਸਾਰੀਆਂ ਸੱਚੀਆਂ ਸੱਚੀਆਂ ਭੂਆ ਅੱਗੇ ਦੱਸਤੀਆਂ ਨਾ ਕਿ ਇਹਨਾਂ ਨੇ ਮੇਰੇ ਨਾਲ ਆਹ ਕੀਤਾ, ਮੈਨੂੰ ਰੋਟੀ ਨਹੀਂ ਦਿੱਤੀ, ਮੈਨੂੰ ਮੇਰੇ ਨਾਲ ਮਾਰ ਕੁਟਾਈ ਕੀਤੀ ਆ, ਮੈਨੂੰ ਉੱਥੇ ਸਵਾਉਂਦੇ ਰਹੇ ਧੁੱਪੇ, ਮੈਨੂੰ ਪੁੱਛਦੇ ਨਹੀਂ ਸੀ, ਤੇ ਸਾਨੂੰ ਤੁਸੀਂ ਤੇ ਹੋ ਜਾਣਾ ਅੰਦਰ। ਤੂੰ ਬੋਲਨੀ, ਤੇਰੇ ਫੁੱਫੜ ਅੱਗੇ ਮੇਰੀ ਇੱਜ਼ਤ ਹੀ ਬੜੀ ਹੋ। ਜੇ ਭੂਆ ਨੇ ਸਾਰੀਆਂ ਗੱਲਾਂ ਦੱਸ ਦਿੱਤੀਆਂ ਨਾ, ਤੇ ਮੈਂ ਕਹਿੰਦੀ ਉਹਨੇ ਕੋਈ ਨਾ ਕੋਈ ਕੰਮ ਕਰ ਦੇਣਾ ਸੀ। ਫੁੱਫੜ ਉਹਦੀ ਵੈਸੇ ਵੀ ਜਾਣ ਪਛਾਣ ਬਹੁਤ ਹੀ। ਇਹੋ ਹੀ ਤੇ ਮੈਂ ਕਹਿਣੀ ਆ, ਫੁੱਫੜ ਜੀ ਦੀ ਜਾਣ ਪਛਾਣ ਬੜੀ ਆ, ਤੇ ਦਾਦੀ ਨੇ ਤੇ ਹੁਣ ਤੱਕ ਸਾਰਾ ਕੁਛ ਦੱਸ ਹੀ ਦਿੱਤਾ ਹੋਣਾ, ਤੇ ਜੇ ਭੂਆ ਨੇ ਫੁੱਫੜ ਨੂੰ ਦੱਸਤਾ ਤੇ ਫੁੱਫੜ ਕਿਤੇ ਪੁਲਿਸ ਕੋਲ ਨਾ ਚੱਲ ਜੇ। ਬੜੀ ਮੈਂ ਤੇ ਫਿਕਰ ਵਾਲੀ ਗੱਲ ਹੈਗੀ ਆ। ਫਿਕਰ ਵਾਲੀ ਗੱਲ ਤੇ ਹੈਗੀ ਹੋਈ ਆ, ਤੇ ਤੁਹਾਨੂੰ ਪਤਾ ਹੀ ਆ ਪੁਲਿਸ ਦਾ, ਉਹ ਨਹੀਂ ਕਿਸੇ ਨੂੰ ਬਖਸ਼ਦੀ, ਧੋਖਾਧੜੀ ਦੇ ਕੇਸ 'ਚ ਸਾਨੂੰ ਅੰਦਰ ਕਰ ਦੂਗੀ। ਦੋਨੋਂ ਜਾਵਾਂਗੀਆਂ। ਮੈਨੂੰ ਤੇ ਤੁਸੀਂ ਸਾਰਾ ਕੁਝ ਦੱਸਿਆ ਵਾ, ਪਰ ਹੈ ਤਾਂ ਮੇਰੇ ਨਾਲ ਹੀ ਸੀ ਨਾ ਤੂੰ। ਪਰ ਸਿਖਾਇਆ ਤੇ ਤੁਸੀਂ ਹੀ ਨਾ, ਜਿਸ ਤਰ੍ਹਾਂ ਤੁਸੀਂ ਕਹਿੰਦੇ ਗਏ ਮੈਂ ਤੇ ਉਤਰਾ ਹੀ ਕਰਦੀ ਗਈ ਹਾਂ। ਪਰ ਤੇਰਾ ਵੀ ਤਾਂ ਦਿਮਾਗ ਆ ਸੀ ਨਾ, ਕਿਹੜੀ ਗੱਲ ਹੋਈ ਹੈ ਇਹ? ਨਾ ਨਾ ਹੁਣ ਪਿੱਛੇ ਨਾ ਨਾ ਹਟ ਇਸ ਗੱਲ ਤੋਂ। ਮੈਂ ਪਿੱਛੇ ਥੋੜ੍ਹਾ ਹਟਣੀ ਆ, ਤੁਸੀਂ ਜੋ ਜੋ ਮੈਨੂੰ ਕਿਹਾ ਜਦੋਂ ਦੀ ਮੈਂ ਵਿਆਹ ਕੇ ਆਈ ਹਾਂ ਕਿ ਇਸ ਤਰ੍ਹਾਂ ਕਰਨਾ ਚਾਹੀਦਾ ਵਾ, ਨਹੀਂ ਤੇ ਦਾਦੀ ਨੇ ਤੈਨੂੰ ਪੁੱਛਣਾ ਨਹੀਂ ਆ। ਤੁਸੀਂ ਤੇ ਮੈਨੂੰ ਸਿਖਾਇਆ ਸਾਰਾ ਕੁਛ, ਤੇ ਮੈਂ ਤੇ ਕਹਿ ਦੇਣਾ ਕਿ ਮੈਨੂੰ ਤੇ ਸਾਰਾ ਕੁਝ ਤੁਸੀਂ ਦੱਸਿਆ ਸੀ। ਹੁਣ ਪਿੱਛੇ ਤੇ ਨਾ ਨਾ ਹਟ ਮੇਰੇ ਤੋਂ, ਮੇਰਾ ਸਾਥ ਛੱਡ ਦੇ ਨਹੀਂ ਇੱਥੇ ਆ ਕੇ ਸਾਰਾ ਕੁਝ ਸਾਂਭ ਸੁੰਭ ਕੇ। ਓਹੋ, ਮੈਂ ਤੇ ਆਈ ਬਾਅਦ ਚੋਂ, ਮੇਰੇ ਤੋਂ ਪਹਿਲਾਂ ਤੇ ਤੁਸੀਂ ਜੇ ਇਸ ਘਰ ਦੇ ਵਿੱਚ, ਤੇ ਜਾਣਾ ਤੇ ਤੁਸੀਂ ਹੀ ਆ ਅੰਦਰ। ਅੱਛਾ, ਤੁਹਾਨੂੰ ਪਤਾ ਹੀ ਆ ਫਿਰ ਉਹ ਪੈਰ ਪੂਰ ਬੰਨ ਦਿੰਦੇ ਹੁੰਦੇ ਪੁਲਿਸ ਵਾਲੇ, ਤੇ ਲੋਕਾਂ ਦੇ ਸੋਟੀਆਂ ਮਾਰਦੇ ਆ। ਹਾਂ ਮੰਮੀ ਲੈ ਦੱਸ, ਤੁਹਾਨੂੰ ਪਤਾ ਨਹੀਂ ਆ ਫਿਲਮਾਂ ਨਹੀਂ ਵੇਂਦੇ ਤੁਸੀਂ? ਫਿਲਮਾਂ ਤੇ ਤੁਸੀਂ ਲਾ ਕੇ ਵੇਂਦੇ ਰਹਿੰਦੇ ਜੇ ਕਦੀ ਮੋਬਾਈਲ 'ਚ ਤੇ ਕਦੀ ਟੀ ਵੀ 'ਚ, ਉਹ ਇਸ ਤਰ੍ਹਾਂ ਹੀ ਹੁੰਦਾ ਵਾ ਜਿਸ ਤਰ੍ਹਾਂ ਵਿਖਾਉਂਦੇ ਆ, ਉਹ ਸਾਰੀਆਂ ਸੱਚੀਆਂ ਕਹਾਣੀਆਂ ਹੀ ਵਿਖਾਉਂਦੇ ਆ ਜੋ ਟੀ ਵੀ 'ਚ ਵਿਖਾਉਂਦੇ ਆ। ਉਹ ਤਾਂ ਮੈਨੂੰ ਕੁੱਟਣਗੇ। ਹਾਂ ਮੰਮੀ ਮੈਨੂੰ ਤਾਂ ਇਸ ਤਰ੍ਹਾਂ ਹੀ ਲੱਗਦਾ। ਮੇਰੇ ਕੋਲ ਤਾਂ ਦਰਦਾਂ ਸਹੀਆਂ ਨਹੀਂ ਜਾਣੀ, ਮੇਰੇ ਤਾਂ ਗੋਡੇ ਅੱਗੇ ਨਹੀਂ ਕੰਮ ਕਰਦੇ। ਮੈਨੂੰ ਲੱਗਦਾ ਵਾ ਜਿੰਨੀਆਂ ਦਰਦਾਂ ਤੁਸੀਂ ਦਾਦੀ ਨੂੰ ਦਿੱਤੀਆਂ ਸੀ ਨਾ, ਓਨੀਆਂ ਹੀ ਤੁਹਾਨੂੰ ਮਿਲਣੀਆਂ ਜੇ ਹੁਣ। ਮੈਨੂੰ ਡਰਾਈ ਤਾਂ ਨਾ ਜਾ ਕਿਰਨ। ਮੈਂ ਕਾਹਤੋਂ ਡਰਾਉਣਾ, ਮੈਂ ਤਾਂ ਤੁਹਾਡੇ ਨਾਲ ਹੀ ਹਾਂ, ਪਰ ਜੋ ਸੱਚਾਈ ਹੈਗੀ ਆ ਮੈਂ ਤਾਂ ਉਹ ਦੱਸਣੀ ਆ ਤੁਹਾਨੂੰ। ਉਹ ਹੱਲ ਕੱਢ ਇਹਦਾ, ਬਚ ਸਕੀਏ ਇੱਥੋਂ। ਲੈ ਮੈਂ ਕਦੇ ਹੱਲ ਕੱਢਣੇ? ਹੱਲ ਕੱਢਣ ਜੇ ਤੇ ਤੁਸੀਂ ਮਾਹਿਰ ਜੇ। ਉਹ ਬਸ ਕਰ ਲਈ, ਐਵੇਂ ਬਹੁਤ ਹੀ ਚਲਾਕ ਬਣੀ ਫਿਰਦੀ ਹੈ, ਮੈਨੂੰ ਗੱਲਾਂ ਕਰਕੇ ਡਰਾਈ ਜਾਂਦੀ ਹੈ। ਮੈਂ ਡਰਨ ਵਾਲੀ ਨਹੀਂ ਕਿਸੇ ਕੋਲੋਂ, ਮੈਂ ਕਿਸੇ ਕੋਲ ਡਰਦੀ? ਤੇਰਾ ਫੁੱਫੜ ਆ ਕੇ ਦੇਖੀ ਜਾਏਗੀ, ਉਹਨੂੰ ਵੇਖ ਲਵਾਂਗੇ, ਜੋ ਮੈਨੂੰ ਮਿਲਣਾ ਸੀ ਨਾ ਮਿਲ ਗਿਆ। ਇਸ ਗੱਲੋਂ ਤਾਂ ਮੈਨੂੰ ਸ਼ਾਂਤੀ ਹੈ ਨਾ, ਦੇਖੀ ਜਾਏਗੀ ਜੋ ਹੋਏਗਾ। ਐਵੇਂ ਡਰਾਈ ਜਾਂਦੀ ਤੇ ਜਾ ਰੁੱਕ ਰੋਟੀ ਬਣਾ, ਪਾਣੀ ਪੀਣ ਲਿਆ, ਪਾਣੀ ਲਿਆ, ਚਾਹ ਬਣਾ, ਨਾਲੇ ਪੀ ਆਰਾਮ ਨਾਲ ਬੈਠੀਏ, ਦਿਮਾਗ ਰਾਤ ਦਾ ਖਰਾ, ਮੈਂ ਸਾਰੀ ਰਾਤ ਨਹੀਂ ਸੁੱਤੀ। ਐਵੇਂ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਮੈਨੂੰ ਡਰਾਈ ਜਾਂਦੀ ਹੈ। ਜੋ ਮੈਨੂੰ ਚਾਹੀਦਾ ਸੀ ਉਹ ਮੈਨੂੰ ਮਿਲ ਗਿਆ, ਹੁਣ ਨਹੀਂ ਮੈਨੂੰ ਕਿਸੇ ਦਾ ਡਰ ਡੁਰ ਹੈਗਾ, ਜੋ ਮਰਜ਼ੀ ਕੋਈ ਕੁਛ ਕਰਦਾ ਰਹੋ, ਵੇਖੀ ਜਾਏਗੀ ਜਿਹੜਾ ਆਏਗਾ।